ਪਰ ਪਾਰਟੀ ਦੇ ਸਭ ਸਹੀ ਹੈ ਸਿੱਧੂ ਸਾਹਿਬ ਤੇ ਕੈਪਟਨ ਸਾਹਿਬ ਦੇ ਵਿੱਚ ਆ ਪਾਕਿਸਤਾਨ ગયા ਇਕੱਠੇ ਗਿਆ ਸਹੀ ਹੈ ਤਾਂ ਹੀ ਇਕੱਠੇ ਗਿਆ ਨਹੀਂ ਸਵਾਲ ਨਹੀਂ ਕਿ ਥੋੜੀਆਂ ਦੂਰੀਆਂ ਆ ਗਈਆਂ ਚਰਚਾ ਆਈ ਇਹ ਵੀ ਨੇ ਕਿ ਉਹ ਭਾਜਪਾ ਦੇ ਕੋਈ ਵੱਡੇ ਲੀਡਰਾਂ ਨੂੰ ਮਿਲੇ ਨੇ ਸਿੱਧੂ ਸਾਹਿਬ ਨੂੰ ਪਾਰਟੀ ਦੇ ਵਿੱਚ ਜਿੱਥੇ ਇੱਕ ਪਰਿਵਾਰ ਚ ਤੁੰਤੂ ਮਾਮਾ ਹੁੰਦੀ ਰਹਿੰਦੀ ਹੈ ਇੱਥੇ ਤੇ ਫਿਰ ਅਸੀਂ ਅਸੀਂ 88 ਜਣੇ ਆ ਜਿਹੜੇ ਉਹਨਾਂ ਦੇ ਵਿੱਚ ਮਾੜਾ ਮੋਟਾ ਚੱਲਦੇ ਰਹਿੰਦਾ ਫਿਰ ਵੀ ਫੇਰ ਹੀ ਗਰਮ ਰਹਿੰਦਾ ਫੇਰ ਹੀ ਤੁਹਾਡੀਆਂ ਖਬਰਾਂ ਵੀ ਫੇਰ ਆਪਣੀਆਂ ਚਲਣੀਆਂ ਨੇ ਤੇ ਬਾਕੀ ਆਮ ਆਦਮੀ ਪਾਰਟੀ ਦੇ ਮੈਂ ਗੱਲ ਕਰ ਰਿਹਾ ਐ ਐਮ ਐਲ اے ਸੀਗੀ ਅਮਰਜੀਤ ਸਿੰਘ ਸੰਧੋਵਾ ਜੀ ਕੈਪਟਨ ਸਾਹਿਬ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਦਾਖਲ ਹੋਈ ਸੀ ਤੇ ਉਸ ਤੋਂ ਬਾਅਦ ਉਹ ਫਿਰ ਵਾਪਸ ਚਲੇ ਗਏ ਕਿ ਗੱਲ ਉਹਨਾਂ ਨੂੰ ਮਾਹੌਲ ਸਹੀ ਨਹੀਂ ਲੱਗਿਆ ਕਾਂਗਰਸ ਪਾਰਟੀ ਦਾ ਇਹ ਤੇ ਹੁਣ ਐਮ ਐਲ اے ਸਾਹਿਬ ਦੱਸ ਸਕਦੇ ਆ ਮੇਰੇ ਕਲੀਗ ਆ ਵੀ ਕੀ ਗੱਲ ਹੋਈ ਬੰਦਾ ਫੈਸਲਾ ਉਹ ਕਰੇ ਜਿਹੜਾ ਬੰਦਾ ਫੈਸਲੇ ਤੇ ਖੜਾ ਰਹਿ ਸਕਦਾ ਕਾਂਗਰਸ ਪਾਰਟੀ ਚ ਪਹਿਲੇ ਦੱਸੋ ਸਭ ਕੁਝ ਸਹੀ ਚੱਲ ਰਿਹਾ ਜਿਸ ਦੇ ਨਾਲ ਹੀ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਜ਼ਿਆਦਾ ਗੜਬੜਾਈ ਹੋਈ ਹੈ ਕਿਤੇ ਮਰਜ਼ੀ ਦੇਖਿਆ ਜਾਵੇ ਕਤਲ ਹੋ ਜਾਂਦਾ ਕੁਠਮਾਰ ਹੋ ਜਾਂਦੀ ਉਸ ਤੋਂ ਬਾਅਦ ਵੀਡੀਓ ਵਾਇਰਲ ਹੋ ਜਾਂਦੀ ਹੈ ਨਹੀਂ ਇਹ ਹੋ ਕੀ ਰਿਹਾ ਆਪਣਾ ਆਪੋਜੀਸ਼ਨ ਸਵਾਲ ਕਰ ਰਹੀ ਹੈ ਕਿ ਕੈਪਟਨ ਸਾਹਿਬ ਵਿਦੇਸ਼ ਚਲੇ ਗਏ ਨੇ ਅਜ ਅਜੇ ਮੌਕੇ ਦਿੱਤੇ ਕ੍ਰਾਈਮ ਤੇ ਜਿਹੜਾ ਉਹ ਕੰਟਰੋਲ ਕਰਨਾ ਫਰਜ਼ਮੰਦ ਆ ਪੁਲਿਸ ਦਾ ਸਰਕਾਰ ਦਾ ਫਰਜ਼ਮੰਦ ਆ ਔਰ ਇਹਦੇ ਬੰਨੇ ਪੂਰਾ ਇਹ ਜਿਹੜੀ ਕੁਤਾਹੀ ਜਿਹੜੀ ਆ ਇਹ ਬਰਦਾਸ਼ਤ ਨਾ ਹੋਣ ਬਰਾਬਰ ਆ ਰਣਜੀਤ ਸਿੰਘ ਬ੍ਰਹਮਪੁਰ ਨੇ ਵੀ ਸਵਾਲ ਚੁੱਕੇ ਨੇ ਕਿ ਕੁਝ ਭ੍ਰਸ਼ਟਾਚਾਰ ਵੀ ਹੋਇਆ ਵਾ ਧਾਰਮਿਕ ਸਟੇਜਾਂ ਦੇਤੇ। ਬਿਲਕੁਲ ਜੀ ਇਹ ਜਿਹੜੀ ਅਸੀਂ ਗੱਲ ਸ਼ੁਰੂ ਤੋਂ ਦੇਖੋ ਦੋ ਸਟੇਜਾਂ ਲਾਉਣ ਦੀ ਕਿਉਂ ਲੋੜ ਪਈ? ਸਭ ਭ੍ਰਸ਼ਟਾਚਾਰ ਨੂੰ ਰੋਕਣਾ ਲੋਕਲ ਐਡਮਿਨਿਸਟ੍ਰੇਸ਼ਨ ਦੀ ਤੇ ਲੋਕਲ ਨੇਤਾਵਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਹੁਣ ਸਵਾਲ ਉੱਠ ਰਹੇ ਨੇ ਕਿ ਉਹ ਏਰੀਆ ਤੁਹਾਡੇ ਅੰਡਰ ਸੀਗਾ ਜਿੱਥੇ ਭ੍ਰਿਸ਼ਟਾਚਾਰ ਹੋਇਆ ਕੀ ਤੁਸੀਂ ਇਹਦੀ ਜਾਂਚ ਕਰਵਾਉਂਗੇ ਜਾਂ ਜਾਂਚ ਦੀ ਮੰਗ ਕਰੋਗੇ ਸੀਐਮ ਸਾਹਿਬ ਅੱਗੇ ਇਹ ਜ਼ਰੂਰ ਜਿਹੜਾ ਇਹ ਕੀਤਾ ਆ ਇਹ ਸ਼ਰੋਣੀ ਕਮੇਟੀ ਦੇ ਵਿੱਚ ਜਾਂ ਇਹਦੇ ਉਹਨਾਂ ਦਾ ਹੁਣ ਅਸੀਂ ਇਹ ਗੱਲ ਕਰਾਂਗੇ ਵੀ ਕੀ ਇਹਦਾ ਹੋਇਆ ਕੀ ਦੱਸੋ ਕੁ ਜਵਾਬ ਦਿਓ ਲੋਕਾਂ ਨੂੰ ਚੱਕਬਨੀ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਹਾਲ ਹੀ ਵਿੱਚ ਪੰਜਾਬ 'ਚ ਧਾਰਮਿਕ ਸਮਾਗਮਾਂ ਦੀ ਸਮਾਪਤੀ ਹੋਈ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਸਮਾਗਮ ਕਰਵਾਏ ਗਏ ਪਰ ਸਭ ਤੋਂ ਖਾਸ ਗੱਲ ਰਹੀ ਜੋ ਸੁਲਤਾਨਪੁਰ ਲੋਧੀ ਦੇ ਵਿੱਚ ਹੋਏ ਬੜੇ ਹੀ ਸ਼ਾਨਦਾਰ ਤੇ ਜਾਨਦਾਰ ਤਰੀਕੇ ਨਾਲ ਉੱਥੇ ਸਮਾਗਮ ਕਰਵਾਏ ਗਏ ਸਰਕਾਰ ਦੀ ਤਾਂ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਪੰਜਾਬ ਚ ਜੋ ਵੀ ਸਮਾਗਮ ਹੋ ਰਹੇ ਨੇ ਉਹ ਸਹੀ ਤਰੀਕੇ ਨਾਲ ਹੋਣ ਪਰ ਉਸ ਤੋਂ ਵੀ ਇੱਕ ਵੱਧ ਕੇ ਜ਼ਿੰਮੇਵਾਰੀ ਹੁੰਦੀ ਹੈ ਲੋਕਲ ਪ੍ਰਸ਼ਾਸਨ ਦੀ ਤੇ ਲੋਕਲ ਨੇਤਾਵਾਂ ਦੀ ਸੁਲਤਾਨਪੁਰ ਲੋਧੀ ਤੋਂ ਹੀ ਕਾਂਗਰਸ ਪਾਰਟੀ ਦੇ ਵਿਧਾਇਕ ਨੇ ਨਵਤੇਜ ਸਿੰਘ ਚੀਮਾ ਜੀ ਜਿਨ੍ਹਾਂ ਦੇ ਮੋਢਿਆਂ ਤੇ ਇੱਕ ਖਾਸ ਜ਼ਿੰਮੇਵਾਰੀ ਸੀ ਉਹਨਾਂ ਨੇ ਕਿਵੇਂ ਨੇ ਭਾਈ ਉਹਨਾਂ ਨਾਲ ਗੱਲਬਾਤ ਕਰਾਂਗੇ ਮੇਰੇ ਨਾਲ ਸਟੂਡੀਓ 'ਚ ਮੌਜੂਦ ਨਹੀਂ ਚੀਮਾ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜਗਬਾਨੀ ਟੀਵੀ ਤੇ ਬਿਲਕੁਲ ਜੀ ਜਗਬਾਨੀ ਟੀਵੀ ਤੇ ਜਿੰਨੇ ਵੀ ਸਰੋਤੇ ਦੇਖ ਰਿਹਾ ਉਹਨਾਂ ਨੂੰ ਮੇਰੇ ਸასი ਸ਼ਕਲ ਬਹੁਤ-ਬਹੁਤ ਧੰਨਵਾਦ ਪ੍ਰਕਾਸ਼ਪੁਰਬ ਦੇ ਜੋ ਸਮਾਗਮ ਹੋਏ ਸੁਲਤਾਨਪੁਰ ਲੋਧੀ ਦੇ ਵਿੱਚ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਸੀਗੇ ਕਿਵੇਂ ਦੇਖਦੇ ਹਾਂ ਪਹਿਲਾਂ ਤੁਸੀਂ ਇਹ ਬਹੁਤ ਇੱਕ ਵੱਡਾ ਇਵੈਂਟ ਸੀ ਕਿੰਨੇ ਸਾਲਾਂ ਤੋਂ ਇਹਦੀ ਤਿਆਰੀ ਚੱਲ ਰਹੀ ਸੀ ਇਹ ਜਿਹੜੇ ਸਮਾਗਮ ਹੋਏ ਸਭ ਤੋਂ ਪਹਿਲਾਂ ਤੇ ਅਸੀਂ ਬੜੇ ਵੱਟ ਭਾਗੇ ਸਮਝਦੇ ਹਾਂ ਜਿਹੜਾ ਇਹ ਸਮਾਗਮ 550 ਸਾਲਾਂ ਸਾਡੀ ਮੇਰੇ ਟਰਮ ਚ ਆਇਆ ਔਰ ਸਾਡੀ ਜ਼ਿੰਦਗੀ ਚ ਆਇਆ ਕਿ ਬਹੁਤ ਮਨ ਦੇ ਵਿੱਚ ਇਹ ਸੀ ਸੁਪਨਾ ਵੀ ਇਹ ਸਮਾਗਮ ਬਹੁਤ ਵਧੀਆ ਤਰੀਕੇ ਨਾਲ ਹੋਣ ਔਰ ਜਦੋਂ ਤੋਂ ਮੈਂ ਦੂਸਰੀ ਵਾਰੀ ਐਮਐਲਏ ਬਣਿਆ ਸੀ 25 ਸਾਲ ਪਹਿਲਾਂ ਤੋਂ ਇਹ ਸਮਾਗਮਾਂ ਦੀ ਤਿਆਰੀ ਮੈਨੂੰ ਅੱਜ ਵੀ ਯਾਦ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸੌਂਚ ਚੱਕ ਲਈ ਸੀ ਔਰ ਸਰਕਾਰੀ ਕੋਠੀ ਚ ਨਹੀਂ ਸੀ ਗਿਆ ਹਜੇ ਔਰ ਉਹਨਾਂ ਨੂੰ ਉਦੋਂ ਹੀ ਮੈਂ ਜਾ ਕੇ ਲੈਟਰ ਦਿੱਤਾ ਸੀ ਉਹ ਬੜੇ ਖੁਸ਼ ਹੋਏ ਵੀ ਇਹ ਸਮਾਗਮ ਆਪਣੀ ਇਹ ਸਰਕਾਰ ਦੇ ਵਿੱਚ ਆ ਰਿਹਾ ਜੀ ਔਰ ਉਹਦੋਂ ਤੋਂ ਹੀ ਤਿਆਰੀਆਂ ਜਿਹੜੀਆਂ ਸ਼ੁਰੂ ਕੀਤੀਆਂ ਔਰ ਅੱਜਾ ਤੁਹਾਡੇ ਸਾਹਮਣੇ ਤੁਸੀਂ ਆਪ ਅੱਖੀਂ ਦੇਖਿਆ ਜਿਹੜਾ ਸਮਾਗਮ ਗੁਰੂ ਮਹਾਰਾਜ ਦੇ ਆਪ ਕਿਰਪਾ ਕੀਤੀ ਔਰ ਬੜੇ ਹੀ ਵਧੀਆ ਢੰਗ ਨਾਲ ਨਿਪਰੇ ਚੜੇ ਅਕਸਰ ਹੀ ਲੋਕ ਵੀ ਕਹਿੰਦੇ ਨੇ ਤੇ ਓਪੋਜੀਸ਼ਨ ਵੀ ਸਵਾਲ ਚੱਕਦੀ ਹੈ ਕਿ ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੈ ਇਸ ਖਾਲੀ ਖਜ਼ਾਨੇ ਦੇ ਨਾਲ ਤੁਸੀਂ ਕਿਵੇਂ ਸਾਰਾ ਕੁਝ ਮੈਨੇਜ ਕੀਤਾ ਬਿਲਕੁਲ ਦੇਖ ਲਓ ਤੁਸੀਂ ਅਸੀਂ ਕੋਈ ਨੌ ਪੁਲ ਇਸ ਫੰਕਸ਼ਨ ਲਈ ਬਣਾਏ ਸੀਗੇ ਜਿੱਚੋਂ 6 ਹਾਈ ਲੈਵਲ ਬ੍ਰਿਜ ਤਿੰਨ ਤੋਂ ਛੋਟੇ ਸੀ 9 ਤਿੰਨ ਹੋਰ ਜਿਹੜੇ ਪਲਟੂਨ ਬ੍ਰਿਜ 12 ਹੋ ਗਿਆ ਔਰ ਫੁੱਟ ਬ੍ਰਿਜ ਦੋ ਬਣਾਏ ਔਰ ਸਾਰੀਆਂ ਸੜਕਾਂ ਜਿੰਨੀਆਂ ਸੁਲਤਾਨਪੁਰ ਲੋਧੀ ਨੂੰ ਆ ਰਹੀਆਂ ਚਾਹੇ ਕੋ ਅੰਮ੍ਰਿਤਸਰ ਵੱਲੋਂ ਆ ਰਹੀ ਚਾਹੇ ਜਲੰਧਰ ਵੱਲੋਂ ਚਾਹੇ ਮਾਲਵੇ ਚੋਂ ਸਾਰੀਆਂ ਨੂੰ ਚੌੜਾ ਕੀਤਾ ਨਵੀਆਂ ਬਣਾਈਆਂ ਉਹਨਾਂ ਦੇ ਪੁੱਲ ਤੇ ਬਣੇ ਗਏ ਸੀ ਰੈਸਟ ਹਾਊਸ ਜਿਹੜਾ ਅੱਗੇ ਹੈ ਨਹੀਂ ਸੀ ਸੁਲਤਾਨਪੁਰ ਚ ਕੋਈ ਉਹ ਵੀ ਨਵੇਂ ਬਣਾਏ ਮੀਟਿੰਗ ਹਾਲ ਬੱਸ ਸਟੈਂਡ ਰੇਲਵੇ ਸਟੇਸ਼ਨ ਔਰ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਉਹ ਦੇਣ ਦੀ ਕੋਸ਼ਿਸ਼ ਕੀਤੀ ਆ ਔਰ ਖਜ਼ਾਨਾ ਗੁਰੂ ਮਾਰੇ ਦੀ ਕਿਰਪਾ ਚਾਹੀਦੀ ਇਹ ਖਜ਼ਾਨੇ ਤੇ ਆਪੇ ਹੀ ਪੂਰੇ ਹੋ ਜਾਂਦੇ ਆ। ਜੇ ਅਗਰ ਆਪਾਂ ਬਿਲਸ ਦੀ ਗੱਲ ਕਰੀਏ ਕਿੰਨਾ ਖਰਚਾ ਆ ਗਿਆ ਇਸ ਪੂਰੇ ਸਮਾਗਮ ਦੇ ਵਿੱਚ ਜੋ ਪੂਰੇ 10-12 ਦਿਨ ਚੱਲੇ ਕਿੰਨਾ ਖਰਚਾ ਆਇਆ ਸਰਕਾਰ ਦਾ। ਪਿਛਲੇ 4-5 ਮਹੀਨੇ ਤੋਂ ਸੰਗਤ ਜੀ ਆ ਰਹੀ ਆ। ਜਿਹੜੇ ਸਾਡੇ ਕੰਮ ਵੀ ਕਹਿੰਦੇ ਸੀ ਨਾ ਵੀ ਲੇਟ ਹੋ ਰਿਹਾ ਜੀ ਸ਼ਾਇਦ ਹੋ ਨਹੀਂ ਰਾ ਉਹ ਸੰਗਤ ਜਿਹੜੀ ਆ ਉਹ 3-4 ਮਹੀਨੇ ਤੋਂ ਲਗਾਤਾਰ ਜਿਆਦਾ ਆ ਰਹੀ ਸੀ। ਔਰ ਇਹ ਜਿੱਦਾਂ ਟੈਂਟ ਸਟੀਆਂ ਤਿੰਨ ਲਾਈਆਂ ਸੀ ਅਸੀਂ ਔਰ ਉਹਦੇ ਨਾਲ ਪੰਡਾਲ ਸੀ। ਇਹ ਸਾਰਾ ਹੋਰ ਵੀ ਜਿਹੜਾ ਜੋੜਾਕਾਰ ਗਠੜੀਕਾਰ ਲੰਗਰ ਹਾਲ ਜਿਹੜੇ ਸਾਰੇ ਬਣਾਉਣਾ ਸੀ ਇਹ 53 ਕਰੋੜ ਰੁਪਇਆ ਇਕੱਲਾ ਇਹਨਾਂ ਦਾ ਸੀ ਇਸ ਕੰਪਨੀ ਦਾ ਜਿਨ੍ਹਾਂ ਨੇ ਟੈਂਟ ਸਿਟੀਆਂ ਲਈਆਂ ਸੀਗੀਆਂ ਬਾਕੀ ਵੀ ਜਿਹੜਾ ਪਾ ਲਾ ਕੇ ਸਾਡਾ ਜਿਹੜਾ 300 ਕਰੋੜ ਰੁਪਇਆ ਜੇ ਸ ਸਮਾਗਮ پورے ਇਵੈਂਟ ਲਈ ਜਿਹੜਾ ਤਕਰੀਬਨ ਲੱਗ ਗਿਆ ਕੇਂਦਰ ਸਰਕਾਰ ਵੱਲੋਂ ਕੋਈ ਮਦਦ ਮਿਲੀ ਕਿਉਂਕਿ ਸਰਕਾਰ ਦੀ ਮੰਗ ਸੀ ਕਿ ਕੇਂਦਰ ਸਰਕਾਰ ਕੋਈ ਫੰਡ ਰੀਲੀਜ਼ ਕਰੇ ਬਾਬੇ ਨਾਨਕ ਦੇ 550 ਪ੍ਰਕਾਸ਼ਪੁਰਪ ਦੇ ਸਬੰਧ ਵਿੱਚ ਕੋਈ ਮਦਦ ਮਿਲੀ ਕੇਂਦਰ ਸਰਕਾਰ ਤੋਂ ਬਿਲਕੁਲ ਜੀ ਵੇਖੋ ਅਸੀਂ ਸੈਂਟਰ ਤੋਂ ਤੇ ਜਿਹੜਾ ਰੇਲਵੇ ਸਟੇਸ਼ਨ ਔਰ ਇੱਕ ਗੱਡੀ ਦਿੱਲੀ ਨੂੰ ਚਲਾਉਣ ਦੀ ਮੰਗ ਕੀਤੀ ਸੀ ਉਹ ਰੇਲਵੇ ਸਟੇਸ਼ਨ ਸਾਡੇ ਕਹਿਣ ਤੇ ਪੂਰਾ ਸੀਐਮ ਸਾਹਿਬ ਹੀ ਜਾ ਕੇ ਮਿਲੇ ਔਰ ਜ਼ਰੂਰ ਉਹਨਾਂ ਨੇ ਉਹ ਨਵਾਂ ਬਣਾਤਾ ਬਹੁਤ ਵਧੀਆ ਦਿਖ ਦੇ ਦਿੱਤੀ ਔਰ ਨਾਰਥਰਨ ਰੇਲਵੇ ਦਾ ਪਹਿਲਾ ਸਟੇਸ਼ਨ ਜਿੱਥੇ ਮਾਊਸ ਨਾਲ ਕਲਿੱਕ ਕੀਤਾ ਜਿਹੜਾ ਟ੍ਰੇਨ ਦੀ ਪਟੜੀ ਚੇਂਜ ਹੁੰਦੀ ਆ ਔਰ ਬਾਕੀ ਜਿਹੜਾ ਸਾਰਾ ਕੁਝ ਅਸੀਂ ਕੋਲੋਂ ਹੀ ਕੀਤਾ ਹੁਣ ਕਹਿੰਦੇ ਆ ਵੀ ਜੇ ਅਸੀਂ ਸਮਾਰਟ ਸਿਟੀ ਲਈ ਹੈਰੀਟੇਜ ਸਿਟੀ ਲਈ ਤੇ ਨਾਲ ਬਾਬੇ ਨਾਨਕ ਦੇ ਪਿੰਡ ਲਈ ਜਿਹੜੀ ਫੰਡਿੰਗ ਕਰਾਂਗੇ ਔਰ ਉਹਦੇ ਵਿੱਚ ਵੀ 50% ਹਿਸਾਬ ਪੰਜਾਬ ਗਵਰਨਮੈਂਟ ਨੂੰ ਪਾਉਣਾ ਪਵੇ। ਯਾਨੀ ਫਿਲਹਾਲ ਜੋ ਸਮਾਗਮ ਹੋਏ ਤੁਸੀਂ ਕਹਿਆ 300 ਤੋਂ 350 ਕਰੋੜ ਰੁਪਏ ਪੰਜਾਬ ਸਰਕਾਰ ਦਾ ਲੱਗਿਆ ਸਮਾਗਮਾਂ ਦੇ ਉੱਤੇ। ਉਸ ਦੇ ਵਿੱਚ ਕੇਂਦਰ ਸਰਕਾਰ ਨੇ ਕੁਝ ਨਹੀਂ ਦਿੱਤਾ। ਨਹੀਂ ਇੱਥੇ ਨਹੀਂ ਕੁਝ ਦਿੱਤਾ ਕੋਰੀਡੋਰ ਬਣਾਉਣ ਲਈ ਉਹਨਾਂ ਨੇ ਦਿੱਤਾ ਜਿੰਨਾ ਮੈਨੂੰ ਪਤਾ ਨਹੀਂਗਾ ਬਾਕੀ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜਾ ਉਹ ਉਹਨਾਂ ਨੇ ਕੀਤਾ ਜ਼ਰੂਰ ਆ ਵੀ ਆ ਤੁਹਾਨੂੰ ਕਰਾਂਗੇ ਆ ਕਰਾਂਗੇ ਪਰ ਹਜੇ ਤੱਕ ਜਿਹੜਾ ਉਹ ਕਰਨਗੇ ਜ਼ਰੂਰ ਜੇ ਵਾਦਾ ਕੀਤਾ ਆ ਜੇ ਉਹਨਾਂ ਨੇ ਜਿੱਦਾਂ ਜਿੱਦਾਂ ਆਪਾਂ ਕੀਤਾ ਉਹ ਜ਼ਰੂਰ ਕਰਨਗੇ ਮਨ ਲੱਗਦਾ ਐਮ ਐਲ اے ਸੁਲਤਾਨਪੁਰ ਲੋਧੀ ਹੋਣ ਦੇ ਨਾਤੇ ਤੁਹਾਡੇ ਹੋਰ ਅੱਗੇ ਭਵਿੱਖ ਦੇ ਕੀ ਪ੍ਰੋਜੈਕਟ ਨੇ ਇਰਲੀਜੀਅਸ ਪ੍ਰੋਜੈਕਟ ਅਗਰ ਪੁੱਛੀਏ ਤਾਂ ਔਨ ਲੋਕ ਸਾਰੇ ਔਰ ਨਕਮਸਤਕ ਹੁੰਦੇ ਰਹਿਣ ਔਰ ਸੁਲਤਾਨਪੁਰ ਲੋਧੀ ਧਰਤੀ ਵੀ ਮਤਲਬ ਸਾਰੇ ਵਰਲਡ ਵਾਈਡ ਬਣਾਉਣੀ ਚਾਹੁੰਦੇ ਆਂ ਔਰ ਹੁਣ ਵੀ ਅਸੀਂ ਇਹਨੂੰ ਸਫਾਈ 'ਤੇ ਧਿਆਨ ਦੇਣਾ ਸਾਡਾ ਬਹੁਤ ਬੰਦਾ ਫਰਜ਼ ਹੈ ਲਾਈਟਿੰਗ ਸਫਾਈ ਜਿੰਨਾ ਢਾਂਚਾ ਬਣਾਤਾ ਨਾ ਉਹਨੂੰ ਸੰਭਾਲਣ ਲਈ ਵੀ ਸਾਨੂੰ ਬਹੁਤ ਜ਼ੋਰ ਲਾਉਣਾ ਪੈਣਾ ਤੁਸੀਂ ਸਫਾਈ ਦੀ ਗੱਲ ਕੀਤੀ ਬੜਾ ਬੜਾ ਵਧੀਆ ਪੁਆਇੰਟ ਹੈ ਵੇਈ ਨਦੀ ਦੇ ਵਿੱਚ ਜੋ ਕਾਲੀ ਵਈ ਸੀ ਅੱਜ ਵੀ ਕਹਿੰਦੇ ਨੇ ਕਈ ਫੈਕਟਰੀਆਂ ਦਾ ਪਾਣੀ ਪ੍ਰਦੂਸ਼ਿਤ ਉੱਥੇ ਡਿੱਗਦਾ ਵਾ ਉਹਨਾਂ ਨੂੰ ਕਿਉਂ ਨਹੀਂ ਆਖਿਰਕਾਰ ਰੁਕਿਆ ਜਾ ਸਕਦਾ ਦੇਖੋ ਪਾਣੀ ਅਸੀਂ ਨਾ ਇਹਦਾ ਅੱਗੇ ਸੀ ਪਾਣੀ ਜ਼ਿਆਦਾ ਛੱਡ ਨਹੀਂ ਸੀ ਸਕਦੇ ਕਿਉਂਕਿ ਜੋ ਸੰਤ ਸੀਚੇਵਾਲ ਨੇ ਉਹ ਵੀ ਵਿਰੋਧ ਕਰ ਰਹੇ ਨੇ ਮੈਂ ਤਾਂ ਜਿਹੜਾ ਬਈ ਨਦੀ ਦਸੂਏ ਕੋਲੋਂ ਨਿਕਲਦੀ ਆ ਉੱਥੇ ਜਦੋਂ ਕਿ 200 ਕਿਊਸਕ ਵੀ ਪਾਣੀ ਛੱਡਣਾ ਨਾ ਸਾਈਡਾਂ ਤੇ ਬੰਨ ਨਹੀਂ ਸੀ ਜੀ ਉਹ 2.5 ਕਰੋੜ ਰੁਪਇਆ ਲਾ ਕੇ ਬੰਨ ਬਣਾਇਆ ਹੁਣ ਅਸੀਂ 550 ਕਿਊਸਕ ਪਾਣੀ ਲਗਾਤਾਰ ਚੱਲ ਰਿਹਾ ਔਰ ਪਾਣੀ ਤੁਸੀਂ ਦੇਖਿਆ ਹੋਣਾ ਜਾ ਕੇ ਦੇਖਿਓ ਕਾਫੀ ਬਹੁਤ ਹੱਦ ਤੱਕ ਸਾਫ਼ ਹੋ ਗਿਆ ਔਰ ਜਿਹੜੇ ਹੁਣ ਜਿੱਦਾਂ ਥੋੜ੍ਹ ਥੋੜ੍ਹ ਏਰੀਆ ਦਾ ਪਾਣੀ ਪੈਂਦਾ ਆ ਉਹਨਾਂ ਨੂੰ ਵੀ ਅਸੀਂ ਕਿਹਾ ਵੀ ਆਪਣਾ ਠੀਕ ਕਰੋ ਹੁਣ ਜਿੱਥੇ ਇਸ਼ਨਾਨ ਕਰੀਦਾ ਉਹਦੇ ਨਾਲ ਗੁਰਦੁਆਰਾ ਬੇਰ ਸਾਹਿਬ ਦੇ ਵਿੱਚੋਂ ਪਾਣੀ ਗੰਦਾ ਨਿਕਲ ਰਿਹਾ ਉਹਨਾਂ ਨੂੰ ਵੀ ਅਸੀਂ ਕਿਹਾ ਵੀ ਤੁਸੀਂ ਇਹਦਾ ਪ੍ਰਬੰਧ ਕਰੋ ਜਿੱਦਾਂ ਹੀ ਪਿੱਛੇ ਜਿਹੜਾ ਆ ਟ੍ਰੀਟਮੈਂਟ ਪਲਾਂਟ ਮਨਜ਼ੂਰ ਹੋ ਚੁੱਕੇ ਆ ਉਹ ਵੀ ਹੁਣ ਛੇਤੀ ਸਫਾਈ ਜਿਹੜੀ ਆ ਉਹ ਤੁਹਾਨੂੰ ਦਿਖੂ ਇੱਕ ਕਹਿੰਦੇ ਨੇ ਕੋਈ ਵੀ ਚੰਗਾ ਜਾਂ ਮਾੜਾ ਕੰਮ ਹੋਵੇ ਨਾ ਵਿਰੋਧ ਉਹਦੇ ਵਿੱਚ ਜ਼ਰੂਰ ਹੁੰਦਾ ਪੰਜਾਬ ਦੇ ਵਿੱਚ ਤਾਂ ਖਾਸ ਕਰਕੇ ਰਾਜਨੀਤੀ ਇਹ ਜਿਹੀ ਹੁੰਦੀ ਰਹਿੰਦੀ ਹੈ ਸ਼ੁਰੂ ਤੋਂ ਹੀ ਰਣਜੀਤ ਸਿੰਘ ਬ੍ਰਹਮਪੁਰ ਨੇ ਵੀ ਸਵਾਲ ਚੁੱਕੇ ਨੇ ਕਿ ਕੁਝ ਭ੍ਰਸ਼ਟਾਚਾਰ ਵੀ ਹੋਇਆ ਵਾ ਧਾਰਮਿਕ ਸਟੇਜਾਂ ਦੇ ਦਿੱਤੀ ਬਿਲਕੁਲ ਜੀ ਇਹ ਜਿਹੜੀ ਅਸੀਂ ਗੱਲ ਸ਼ੁਰੂ ਤੋਂ ਦੇਖੋ ਦੋ ਸਟੇਜਾਂ ਲਾਉਣ ਦੀ ਕਿਉਂ ਲੋੜ ਪਈ ਜੀ ਅੱਜ ਤੋਂ 6 ਮਹੀਨੇ ਪਹਿਲਾਂ ਸਾਡੇ ਐਸਜੀਪੀਸੀ ਦੇ ਪ੍ਰਧਾਨ ਸਾਡਾ ਗਗਬਿੰਦ ਸਿੰਘ ਲੋਂਗੋਵਾਲ ਜੀ ਔਰ ਸਾਰਾ ਪ੍ਰਸ਼ਾਸਨ ਸਾਡਾ ਔਰ ਮੈਂ ਵੀ ਵਿੱਚ ਸੀ ਮੀਟਿੰਗ ਗੁਰਦੁਆਰਾ ਸਾਹਿਬ ਵਿਖੇ ਹੋਈ ਔਰ ਉਹਨਾਂ ਨੂੰ ਪੂਰਾ ਮੈਪ ਦਿਖਾਇਆ ਵੀ ਆਹ ਪੰਡਾਲ ਆ, ਟੈਂਟ ਸਿਟੀ ਆ, ਆਹ ਪਾਰਕਿੰਗ ਹੋਊਗੀ, ਇੱਥੇ ਲੰਗਰ ਹੋਣਗੇ। ਇਹਦੇ ਵਿੱਚ ਤੁਸੀਂ ਕੋਈ ਚੇਂਜ ਕਰਨਾ ਤੇ ਦੱਸੋ ਵੀ ਆਪਾਂ ਇੱਕ ਫੰਕਸ਼ਨ ਕਰਨਾ। ਔਰ ਉਹਦੇ ਵਿੱਚ ਕਿਸੇ ਨੂੰ ਮੁਸ਼ਕਲ ਨਾ ਆਵੇ। ਤੁਸੀਂ ਮੈਪ ਦੇਖਿਆ ਉਹਨਾਂ ਨੇ? ਜੀ। ਇੱਕ ਦੋ ਜਿਹੜੀਆਂ ਚੇਂਜੇਸ ਕਰਾਈਆਂ, ਬਾਕੀ ਕੰਦੇ ਠੀਕ ਆ, ਓਕੇ ਆ। ਔਰ ਉੱਤੋਂ ਬਾਅਦ ਜਦੋਂ 3 ਮਹੀਨੇ ਰਹਿ ਗਏ ਫੰਕਸ਼ਨ ਦੇ ਵਿੱਚ, ਅਚਾਨਕ ਬੀਬੀ ਗੀਰਗੋਰ ਜੀ ਨੂੰ ਲਾ ਦਿੱਤਾ ਜਾਂਦਾ ਔਰ ਉਹ ਆ ਕੇ ਇਧਰੋਂ ਇਧਰ ਸੀ ਮਤਲਬ ਉਹਨਾਂ ਨੇ ਕੋਈ ਪੰਗਾ ਪਾਉਣ ਦੀ ਕੋਸ਼ਿਸ਼ ਨਹੀਂ ਛੱਡੀ ਅਸੀਂ ਹੱਥ ਜੋੜੇ ਵੀ ਚਲੋ ਗੁਰੂ ਸਾਹਿਬ ਦਾ ਦੇਣ ਹੈ ਇਹ ਵੱਖਰਾ ਪੰਡਾਲ ਲਾਉਂਦੀ ਅਸੀਂ ਤੇ ਪਹਿਲੇ ਦਿਨੋਂ ਕਹਿੰਨੇ ਲੋੜ ਕੀ ਸੀ ਜਦੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਐਸਡੀਪੀਸੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬ ਨੂੰ ਕਿਹਾ ਵੀ ਆ ਕੇ ਸਟੇਜ ਸੰਭਾਲੋ ਗੁਰੂ ਸਾਹਿਬ ਦਾ ਪ੍ਰਕਾਸ਼ ਆ ਔਰ ਜਿੰਨੂੰ ਮਰਜ਼ੀ ਆ ਤੁਸੀਂ ਸਟੇਜ ਤੇ ਬਿਠਾਓ ਸਾਰੇ ਥੱਲੇ ਬੈਠਾਂਗੇ ਔਰ ਇਹਨੂੰ ਆਪਾਂ ਇੱਕੋ ਹੀ ਜਿਹੜਾ ਸਮਾਗਮ ਰੱਖਿਆ ਜਾਵੇ ਕਿਉਂ ਸੰਗਤ ਨੂੰ ਆਮਦ ਨੂੰ ਦੇਖਦਿਆਂ ਹੋਇਆਂ ਸ਼ਹਿਰ ਦੇ ਵਿੱਚ ਕਿਤੇ ਵੀ ਇੰਨੀ ਜਗ੍ਹਾ ਨਹੀਂ ਸੀ ਜਿੱਥੇ ਵੀ ਇੰਨੀ ਪੰਡਾਲ ਵੱਡਾ ਲਾਇਆ ਜਾ ਸਕੇ ਤੇ ਸਰ ਭ੍ਰਿਸ਼ਟਾਚਾਰ ਨੂੰ ਰੋਕਣਾ ਲੋਕਲ ਐਡਮਿਨਿਸਟ੍ਰੇਸ਼ਨ ਦੀ ਤੇ ਲੋਕਲ ਨੇਤਾਵਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਹੁਣ ਸਵਾਲ ਉੱਠ ਰਹੇ ਨੇ ਕਿ ਉਹ ਏਰੀਆ ਤੁਹਾਡੇ ਅੰਡਰ ਸੀਗਾ ਜਿੱਥੇ ਭ੍ਰਿਸ਼ਟਾਚਾਰ ਹੋਇਆ ਕੀ ਤੁਸੀਂ ਇਹਦੀ ਜਾਂਚ ਕਰਵਾਉਂਗੇ ਜਾਂ ਜਾਂਚ ਦੀ ਮੰਗ ਕਰੋਗੇ ਸੀਐਮ ਸਾਹਿਬ ਅੱਗੇ ਬਿਲਕੁਲ ਮੈਂ ਤਾਂ ਜਾਂਚ ਦੀ ਮੰਗ ਜਦੋਂ 12 ਨਵੰਬਰ ਨੂੰ ਦਿਨ ਸੀ ਉਤੋਂ 20 ਦਿਨ ਪਹਿਲਾਂ ਜੀ ਪੂਰਾ ਉਹ ਕੰਪਨੀ ਦਾ ਨਾਮ ਸਾਰਾ ਕੁਝ ਪ੍ਰੈਸ ਨੂੰ ਦੱਸਤਾ ਸੀਗਾ ਔਰ ਤੁਹਾਡੇ ਜਗਬਾਣੀ ਚ ਵੀ ਖਬਰ ਲੱਗੀ ਸੀ ਵੀ ਉਹ ਕੰਪਨੀ ਜਿਹੜੀ ਆ ਜਿਸ ਨੂੰ ਕੋਈ ਐਕਸਪੀਰੀਅੰਸ ਨਹੀਂ ਜਿਸ ਨੂੰ ਕੋਈ ਤਜਰਬਾ ਨਹੀਂ ਕੁਝ ਨਹੀਂ ਇੱਕ ਥੋੜਾ ਜਿਹਾ ਏਰੀਆ 1.5-2 ਕਨਾਲ ਦੇ ਵਿੱਚ ਪੰਡਾਲ ਲਾਉਣ ਦਾ 11 ਕੋ 9 ਕਰੋੜ ਕੁਝ ਸਮਥਿੰਗ ਸੀ ਜੀਐਸਟੀ ਪਾ ਕੇ 11 ਕਰੋੜ ਬਣ ਗਿਆ ਉਹਨਾਂ ਨੂੰ ਕਿਦਾਂ ਦੇ ਸਕਦੇ ਆਪਾਂ ਸੰਗਤ ਦਾ ਪੈਸਾ ਇਦਾਂ ਵੀ ਤੁਸੀਂ ਇਹ ਨਾ ਕੰਮ ਕਰੋ ਔਰ ਸਾਰਾ ਡਿਟੇਲ ਅਸੀਂ ਦਿੱਤੀ ਪਰ ਉਸ ਤੋਂ ਬਾਅਦ ਵੀ ਉਹਨਾਂ ਨੇ ਵਿਜੇਦ ਹੋ ਕੇ ਉਹ ਲਾਇਆ ਔਰ ਪੰਡਾਲ ਦੇ ਵਿੱਚ ਤੁਸੀਂ ਦੇਖ ਲੈਣਾ ਇਹਨਾਂ ਦੇ ਕੋਈ ਗਏ ਥੋੜੇ ਜਿਹੇ ਲੋਕ ਗਏ ਆ ਉਹਨਾਂ ਨੂੰ ਵੀ ਜਿਹੜਾ ਕੋਈ ਚਾਉ ਮਨ ਬੰਦਾ ਜਾਂਦਾ ਨਾ ਸ਼ੌਂਕ ਔਰ ਦੂਸਰਾ ਇਹਨਾਂ ਨੇ ਅੜਿੱਕੇ ਪਾਉਣ ਦੀ ਕੋਸ਼ਿਸ਼ ਕੀਤੀ ਕਦੀ ਕਹਿੰਦੇ ਡਿਊਟੀ ਬੰਦ ਕਰ ਦਈਏ ਅਖੀਰਲੇ ਦਿਨ ਇਹਨਾਂ 11 ਰਾਤ ਨੂੰ ਕੀ ਕਰਤਾ ਸੰਗਤ ਮੇਨ ਡਿਊਟੀ ਥਾਣੀ ਵਾੜ ਕੇ ਦੂਜੇ ਬੰਨੇ ਬਾਹਰ ਕੱਢਦੇ ਰਹਿ ਵੀ ਸਾਡੇ ਲਾਊਗਾ ਇਹ ਜ਼ਰੂਰ ਜਿਹੜਾ ਇਹ ਕੀਤਾ ਆ ਇਹ ਸ਼੍ਰੋਮਣੀ ਕਮੇਟੀ ਦੇ ਵਿੱਚ ਜਾਂ ਇਹਦੇ ਉਹਨਾਂ ਦਾ ਹੁਣ ਅਸੀਂ ਇਹ ਗੱਲ ਕਰਾਂਗੇ ਵੀ ਕੀ ਇਹਦਾ ਹੋਇਆ ਕੀ ਦੱਸੋ ਕੋ ਜਵਾਬ ਦਿਓ ਲੋਕਾਂ ਨੂੰ ਸਿਰ ਧਾਰਮਿਕ ਸਮਾਗਮਾਂ ਤੇ ਅਸੀਂ ਗੱਲ ਕੀਤੀ ਥੋੜੀ ਜਿਹੀ ਪੋਲਿਟੀਕਲ ਟੱਚ ਵੀ ਦਵਾਂਗੇ ਅਸੀਂ ਕਾਂਗਰਸ ਪਾਰਟੀ ਚ ਪਹਿਲਾਂ ਇਹ ਦੱਸੋ ਸਭ ਕੁਝ ਸਹੀ ਚੱਲ ਰਿਹਾ ਮੈਂ ਤੇ ਚੰਡੀਗੜੀ ਨਹੀਂ ਗਿਆ 4 ਮਹੀਨਾ ਹੋ ਗਿਆ ਮੈਂ ਤੇ ਗੁਰੂ ਸਾਹਿਬ ਦੀ ਸੇਵਾ 'ਚ ਲੱਗਾ ਹਜੇ ਵੀ ਹਜ਼ਾਰਾਂ ਸੰਗਤ ਆਈ ਜਾਂਦੀ ਔਰ ਮੈਂ ਤੁਹਾਨੂੰ ਦੱਸਿਆ ਨਾ ਵੀ ਸਫਾਈ ਕ੍ਰਿਸਟਲ ਕੰਪਨੀ ਸੀ ਸਾਡੇ ਉਹ ਕੱਲ ਤੱਕ ਉਹਨਾਂ ਕੋਲ ਸੀ ਟਾਈਮ ਉਹ ਚਲੇ ਗਿਆ ਹੁਣ ਸਾਨੂੰ ਆਪਣੇ ਜਿਹੜੇ ਪਿੰਡਾਂ 'ਚੋਂ ਸਾਰਿਆਂ ਨੂੰ ਬੇਨਤੀ ਕਰਨੀ ਪੈਣੀ ਵੀ ਆ ਕੇ ਆਪਾਂ ਸ਼ਹਿਰ ਦੀ ਸਫਾਈ ਕਰੀਏ ਆਸਾ-ਬਸਾ ਠੀਕ ਕਰੀਏ ਬਾਕੀ ਆ ਟੀਵੀ ਤੇ ਖਬਰਾਂ-ਖਬਰਾਂ ਦੇਖੀਦੀਆਂ ਨਾਲੀਆਂ ਮੁੱਟੀਆਂ ਉਹ ਵੀ ਬਾਕੀ ਆ ਆਮ ਆਦਮੀ ਪਾਰਟੀ ਦੇ ਮੈਂ ਗੱਲ ਕਰ ਰਿਹਾ ਐ ਐਮਐਲਏ ਸੀਗੇ ਅਮਰਜੀਤ ਸਿੰਘ ਸੰਧੋਵਾ ਜੀ ਕੈਪਟਨ ਸਾਹਿਬ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਦਾਖਲ ਹੋਏ ਸੀ ਤੇ ਉਸ ਤੋਂ ਬਾਅਦ ਉਹ ਫਿਰ ਵ ਕੀ ਗੱਲ ਉਹਨਾਂ ਨੂੰ ਮਾਹੌਲ ਸਹੀ ਨਹੀਂ ਲੱਗਿਆ ਕਾਂਗਰਸ ਪਾਰਟੀ ਦਾ ਇਹ ਤੇ ਹੁਣ ਐਮਐਲਏ ਸਾਹਿਬ ਦੱਸ ਸਕਦੇ ਆ ਮੇਰੇ ਕਲੀਗ ਆ ਵੀ ਕੀ ਗੱਲ ਹੋਈ ਬੰਦਾ ਫੈਸਲਾ ਉਹ ਕਰੇ ਜਿਹੜਾ ਬੰਦਾ ਫੈਸਲੇ ਤੇ ਖੜਾ ਰਹਿ ਸਕਦਾ ਉਹ ਫੈਸਲਾ ਕਦੀ ਕਰ ਲੋ ਕਦੀ ਨਾ ਕਰ ਲੋ ਉਹ ਲੋਕ ਸਭ ਜਾਣਦੇ ਆ ਉਹ ਫਿਰ ਉਹੀ ਗੱਲ ਹੋ ਜਾਂਦੀ ਆ ਵੀ ਤੁਸੀਂ ਆਪਣੀ ਇਮੇਜ ਦੇਖੋ ਕਿਹੋ ਜਿਹੀ ਬਣਾਉਣਾ ਚਾਹੁੰਦੇ ਆ ਪਰ ਪਾਰਟੀ ਚ ਸਭ ਸਹੀ ਆ ਸਿੱਧੂ ਸਾਹਿਬ ਤੇ ਕੈਪਟਨ ਸਾਹਿਬ ਦੇ ਵਿੱਚ ਆ ਪਾਕਿਸਤਾਨ ਗਏ ਇਕੱਠੇ ਗਏ ਸਹੀ ਆ ਤਾਂ ਹੀ ਇਕੱਠੇ ਗਏ ਪਰ ਹੁਣ ਨੀ ਸਵਾਲ ਨਹੀਂ ਕਿ ਥੋੜੀਆਂ ਦੂਰੀਆਂ ਆ ਗਈਆਂ ਨੇ ਚਰਚਾ ਆਈ ਵੀ ਨੇ ਕਿ ਉਹ ਭਾਜਪਾ ਦੇ ਕੋਈ ਵੱਡੇ ਲੀਡਰਾਂ ਨੂੰ ਮਿਲੇ ਨਹੀਂ ਸਿੱਧੂ ਸਾਹਿਬ ਦੇਖੋ ਸਿੱਧੂ ਸਾਹਿਬ ਵੀ ਵੱਡੇ ਲੀਡਰ ਆ ਸੀਐਮ ਸਾਹਿਬ ਵੱਡੇ ਲੀਡਰ ਆ ਇਹ ਤੇ ਇਹਦੇ ਵਿੱਚ ਸਾਡੀ ਕੋਈ ਗੱਲ ਕਰਨੀ ਮੰਦੀ ਨਹੀਂ ਬਾਕੀ ਪਾਰਟੀ ਦੇ ਵਿੱਚ ਜਿੱਥੇ ਇੱਕ ਪਰਿਵਾਰ ਚ ਤੁੰਤੂ ਮਾਮਾ ਹੁੰਦੀ ਰਹਿੰਦੀ ਐ ਇੱਥੇ ਤੇ ਫਿਰ ਅਸੀਂ 80 85 ਜਣੇ ਆ ਜਿਹੜੇ ਉਹਨਾਂ ਦੇ ਵਿੱਚ ਮਾੜਾ-ਮੋਟਾ ਚੱਲਦੇ ਰਹਿੰਦਾ ਫਿਰ ਵੀ ਫੇਰ ਹੀ ਗਰਮ ਰਹਿੰਦਾ ਫੇਰ ਹੀ ਤੁਹਾਡੀਆਂ ਖਬਰਾਂ ਵੀ ਫੇਰ ਆਪਣੀਆਂ ਚਲਣੀਆਂ ਨੇ ਤੇ ਪਰ ਸਰ ਇੱਕ ਹੋਰ ਇਸ ਦੇ ਨਾਲ ਹੀ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਜ਼ਿਆਦਾ ਗੜਬੜਾਈ ਹੋਈ ਆ ਕਿਤੇ ਮਰਜੀ ਦੇਖਿਆ ਜਾਵੇ ਕਤਲ ਹੋ ਜਾਂਦਾ ਕੁੱਟਮਾਰ ਹੋ ਜਾਂਦੀ ਉਸ ਤੋਂ ਬਾਅਦ ਵੀਡੀਓ ਵਾਇਰਲ ਹੋ ਜਾਂਦੀ ਨਹੀਂ ਇਹ ਹੋ ਕੀ ਰਿਹਾ অপੋਜੀਸ਼ਨ ਸਵਾਲ ਕਰ ਰਹੀ ਹੈ ਕਿ ਕੈਪਟਨ ਸਾਹਿਬ ਵਿਦੇਸ਼ ਚਲੇ ਗਏ ਨੇ এজੇ ਹੀ ਮੌਕਿਆਂ ਦੇ ਉੱਤੇ ਨਹੀਂ ਦੇਖੋ ਆ ਪਹਿਲੇ ਤੁਸੀਂ ਦਰਾਂ ਸਾਰੇ ਉੱਥੇ ਨਾਲ ਪੁਲਿਸ ਜਿਹੜੀ ਆ ਕਿੰਨੀ ਜਿਆਦਾ ਉੱਥੇ ਲਾਉਣੀ ਪਈ ਔਰ ਜਿਹੜਾ ਥੋੜਾ ਜਿਹਾ ਫਰਕਤ ਤੇ ਪੈਂਦਾ ਹੀ ਹੈ ਜਦੋਂ ਪੁਲਿਸ ਜਲੰਧਰ ਡਿਸਟ੍ਰਿਕਟ ਚੋਂ ਕਪੂਰਥਲੇ ਸੁਲਤਾਨਪੁਰ ਲੈ ਕੇ ਜਾਂਦੇ ਆ ਲੋਕਾਂ ਨੂੰ ਇਹੋ ਜਿਹੇ ਲੋਕਾਂ ਨੂੰ ਜਿਹੜਾ ਇਹ ਪਤਾ ਲੱਗ ਜਾਂਦਾ ਵੀ ਹੁਣ ਪੁਲਿਸ ਘਟਾ ਜਾਂ ਹੁਣ ਕਿਸੇ ਨੇ ਨਿਗਾ ਨਹੀਂ ਰੱਖਣੀ ਬਾਕੀ ਕ੍ਰਾਈਮ ਤੇ ਜਿਹੜਾ ਉਹ ਕੰਟਰੋਲ ਕਰਨਾ ਫਰਜ਼ਮੰਦ ਆ ਪੁਲਿਸ ਦਾ ਸਰਕਾਰ ਦਾ ਫਰਜ਼ਮੰਦ ਆ ਔਰ ਇਹਦੇ ਬੰਨੇ ਪੂਰਾ ਇਹ ਜਿਹੜੀ ਕੁਤਾਹੀ ਜਿਹੜੀ ਆ ਇਹ ਬਰਦਾਸ਼ਤ ਨਾ ਹੋਣ ਬਰਾਬਰ ਆ ਇੱਕ ਸਰ ਸੁਲਤਾਨਪੁਰ ਲੋਧੀ ਦੀ ਅੰਡਰ ਆਂਦਾ ਜਿੱਥੇ ਬਿਆਸ ਕਾਫੀ ਮਾਰ ਕਰਦਾ ਮੈਂ ਉਹ ਏਰੀਆ ਚ ਵਿਜ਼ਿਟ ਵੀ ਕੀਤਾ ਸੀ ਉਹ ਲੋਕਾਂ ਦੀ ਇੱਕੋ ਹੀ ਮੰਗ ਆ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਕੀ ਜਦੋਂ ਵੀ ਬਿਆਸ ਦਾ ਪਾਣੀ ਚੜਦਾ ਵਾ ਤਾਂ ਪਿੰਡ ਨੂੰ 12 13 15 ਪਿੰਡ ਨੇ ਚਾਰੇ ਪਾਸੇ ਘੇਰ ਲੰਦਾ ਅਗਰ ਕੋਈ ਬਿਮਾਰ ਹੋ ਜੇ ਤਾਂ ਉਹ ਪਿੰਡਾਂ ਚੋਂ ਬਾਹਰ ਤੱਕ ਨਹੀਂ ਜਾ ਸਕਦਾ ਉਹਨਾਂ ਦੀ ਸਿਰਫ ਇੱਕੋ ਮੰਗ ਹੈ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਕਿ ਇੱਕ ਸਾਨੂੰ ਪੱਕਾ ਪੁਲ ਬਣਾ ਦਿੱਤਾ ਜਾਵੇ ਉੱਥੇ ਕੋਈ ਪੁਲ ਵੀ ਨਹੀਂ ਹੈਗਾ ਪਾਂਟੂਨ ਬ੍ਰਿਜ ਹੈ ਪਾਣੀ ਵੱਧ ਜਾ ਚੜਦਾ ਉਹ ਬ੍ਰਿਜ ਵੀ ਹਟਾ ਦਿੱਤਾ ਜਾਂਦਾ ਉਹ ਲੋਕਾਂ ਦੀ ਮੰਗ ਕਦੋਂ ਪੂਰੀ ਹੋਊਗੀ ਕਿ ਲੋਕ ਕਦੋਂ ਉਸ ਪੱਕੇ ਪੁਲ ਤੋਂ ਅੰਦਰ ਆਪਣੇ ਪਿੰਡਾਂ ਨੂੰ ਜਾ ਸਕਣਗੇ ਬਿਲਕੁਲ ਜੀ ਬੜਾ ਸਹੀ ਤੁਸੀਂ ਮੁੱਦਾ ਚੱਕਿਆ ਉਮ ਤੁਸੀਂ ਮਰਹਲ ਪਿਛਲੇ ਸਾਲ ਇੱਥੇ ਸਟੋਰੀ ਵੀ ਕੀਤੀ ਸੀ ਬਿਲਕੁਲ ਮੈਂ ਗਿਆ ਸੀ ਉਸ ਸਾਲ ਪਰ ਉਹ ਤਾਂ ਦੋ ਦਰਿਆ ਇਦਾਂ ਹੋ ਜਾਂਦੇ ਆ ਜਦੋਂ ਜਿਹੜਾ ਗੋਇੰਦਵਾਲ ਸਾਹਿਬ ਵਾਲਾ ਪੁਲ ਵਿਆਸ ਦਾ ਹੁੰਦਾ ਨਾ ਉਹ ਤੋਂ ਅੱਗੇ ਜਾ ਕੇ ਇੱਕ ਦਰਿਆ ਇਧਰੋਂ ਚੱਲ ਜਾਂਦਾ ਇੱਕ ਇਧਰੋਂ ਤੇ 20-25 ਹਜ਼ਾਰ ਏਕੜ ਵਿੱਚ ਜ਼ਮੀਨ ਔਰ 16 ਪਿੰਡ ਜਿਹੜੇ ਸਾਡੇ ਉਹਦੇ ਵਿੱਚ ਹੋ ਜਾਂਦੇ ਔਰ ਉਹਨਾਂ ਲਈ ਬਹੁਤ ਹੀ ਜ਼ਿਆਦਾ ਮੁਸ਼ਕਲ ਸੀ ਤੇ ਮੈਂ ਉਹਨਾਂ ਨਾਲ ਵਾਅਦਾ ਕੀਤਾ ਸੀਗਾ ਵੀ ਜ਼ਰੂਰ ਪੁਲ ਤੁਹਾਨੂੰ ਪੱਕਾ ਦਵਾਂਗੇ ਅੱਜ ਤੁਸੀਂ ਜਾ ਕੇ ਆਪਣੇ ਕੈਮਰੇ ਨਾਲ ਉਹ ਜਿਹੜਾ ਮਾਹੌਲ ਦੇਖ ਕੇ ਲੋਕਾਂ ਨੂੰ ਦੱਸੋਂਗੇ ਵੀ ਜਿਹੜਾ ਪੁਲ ਦੇ ਇੱਕ ਖੋਈ ਰਹਿ ਗਈ ਆ ਬਹੁਤ ਲੰਬਾ ਪੋਲ ਉਹ ਤੇ ਬਣ ਚੁੱਕਾ ਔਰ ਇੱਕ ਖੋਈ ਜਿਹੜੀ ਗਾਲ ਕੇ ਔਰ ਪੋਲ ਮਹੀਨੇ ਦੇ ਵਿੱਚ ਡੇਢ ਮਹੀਨੇ ਦੇ ਵਿੱਚ ਉਹ ਲੋਕਾਂ ਨੂੰ ਸਮਰਪਿਤ ਕੀਤਾ ਜਾਊਗਾ ਇਹ ਜਿਹੜਾ ਵਾਅਦਾ ਪੂਰਿਆ ਸੀਗਾ ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰੂ ਨਾਨਕ ਸਾਹਿਬ ਦਾ ਦਿਨ ਆਉਣਾ ਸੀ ਇਹਦੇ ਕਰਕੇ ਜਿਹੜਾ ਇਹ ਇੰਨੇ ਕਰੋੜ ਰੁਪਈਆ ਲਾ ਕੇ ਉਹ ਪਿੰਡ ਨੂੰ ਸਹੂਲਤ ਕੰਕਰੀਟ ਰੋਡ ਅੱਗੇ ਤੱਕ ਬਣਾ ਕੇ ਦੇਵਾਂਗੇ ਔਰ ਸਰ ਇੱਕ ਇਲੈਕਸ਼ਨਾਂ ਤੋਂ ਪਹਿਲੇ ਨਾ ਸਵਾਲ ਬੜੇ ਸੀਗੇ ਜਾਂ ਕੀ ਆਪਾਂ ਕੀ ਲੋਕਾਂ ਨਾਲ ਪ੍ਰੋਮਿਸ ਕੀਤੇ ਗਏ ਸੀ ਹਰ ਘਰ ਦੇ ਵਿੱਚ ਨੌਕਰੀ ਦਾ ਲੋਕ ਪੁੱਛ ਰਹੇ ਨੇ ਕਿ ਸਾਨੂੰ ਨੌਕਰੀ ਨਹੀਂ ਮਿਲੀ ਹਰ ਘਰ ਦੇ ਵਿੱਚ ਨੌਕਰੀ ਅੱਜ ਵੀ ਨਹੀਂ ਮਿਲੀ ਹੈਗੀ ਦੂਸਰਾ smartphones ਦੀ ਗੱਲ ਹੋਈ ਸੀ ਉਹ ਵੀ ਨਹੀਂ ਹੋਇਆ ਨਸ਼ਾ ਦੀ ਗੱਲ ਹੋਈ ਨਸ਼ੇ ਅੱਜ ਵੀ ਪੰਜਾਬ ਦੇ ਵਿੱਚ ਸਾਨੂੰ ਖਬਰਾਂ ਆਉਂਦੀਆਂ ਨੇ ਕਈ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ওভারਡੋਸ ਦੇ ਨਾਲ ਇਹ ਚੀਜ਼ਾਂ ਕਦੋਂ ਪੂਰੀਆਂ ਹੋਣਗੀਆਂ ਕਿਉਂਕਿ ਹੁਣ ਤਾਂ ਦੁਬਾਰਾ ਇਲੈਕਸ਼ਨ ਆਣ ਵਾਲੇ ਹੋਗੇ 2 ਸਾਲ ਦੇ ਵਿੱਚ ਨੌਕਰੀ ਦੀ ਗੱਲ ਜਿਹੜੀ ਤੁਸੀਂ ਕੀਤੀ ਨਾ ਮੈਂ ਜਿਹੜੇ ਬੀਲੀ ਬੋਰਡ ਦੇ ਚੇਅਰਮੈਨ ਸਰਾਓ ਸਾਹਿਬ ਆ ਉਹ ਪਿੱਛੇ ਜਾ ਕਿਉਂ ਸੀ ਨਾ ਸultanpur Lodhi ਪਹਿਲਾ ਸ਼ਹਿਰ ਬਣ ਗਿਆ ਹਿੰਦੁਸਤਾਨ ਦਾ ਜਿੱਥੇ 66 ਕੇਵੀ ਕੇਬਲ ਅੰਡਰਗਰਾਉਂਡ ਆ ਕੇ ਤੇ ਬਿਜਲੀ ਘਰ ਬਣਿਆ ਨਵਾਂ ਔਰ ਉਹਨਾਂ ਨੇ ਮੈਨੂੰ ਕਿਹਾ ਯਾਰ ਤੁਸੀਂ ਪਿਛਲੀ ਬੰਦੇ ਜਿਹੜੇ ਤੁਹਾਡੇ ਹਲਕੇ ਦੇ ਆ ਨਾ ਲੋਕ ਮੁੰਡੇ ਉਹ ਅਪਲਾਈ ਨਹੀਂ ਕਰਦੇ ਬਿਜਲੀ ਬੋਰਡ 'ਚ ਔਰ ਪਿਛਲੀ ਵਾਰੀ ਕੋਈ ਪਤ ਨਹੀਂ 3200 ਕਿੰਨਾ ਰੱਖਿਆ ਸੀਗਾ ਉਹਦੇ 'ਚੋਂ ਮੈਨੂੰ ਦੱਸ ਦੇ ਕਹਿੰਦੇ ਤੁਹਾਡੇ ਦੋ ਤਿੰਨ ਜ਼ਿਲ੍ਹਕਾ 'ਚੋਂ 100 ਕਿੰਨੇ ਅਪਲਾਈ ਕੀਤੇ ਉਹ ਹੀ ਰੱਖ ਲਿਆ ਬਾਕੀ ਮਾਝਾ ਮਾਲਵਾ ਸਾਰਾ ਰੱਖਿਆ ਗਿਆ ਤੇ ਹੁਣ ਵੀ ਜਿਹੜੀ ਭਰਤੀ ਹੋਣੀ ਆ ਉਦਲੇ ਤੁਸੀਂ ਕਹਿੰਦੇ ਲੋਕਾਂ ਨੂੰ ਮੁੰਡਿਆਂ ਨੂੰ ਕਹੋ ਸਾਡੇ ਛੋਟੇ ਜਿਹੇ ਮੁੰਡੇ ਇੱਥੇ ਵੀ ਨੌਕਰੀ ਮਿਲਣੀ ਚਾਹੀਦੀ ਤੇ ਉਹਨਾਂ ਨੂੰ ਉਹ ਵਿਦੇਸ਼ ਜਾਣ ਦੀ ਵਿੱਚ ਜਿਆਦਾ ਕੰਟ੍ਰੈਕਟ ਕਿਉਂ ਸਾਡੇ ਫੈਮਲੀਆਂ ਆਮ ਵਿਦੇਸ਼ ਗਈਆਂ ਲੋਕਾਂ ਦੀਆਂ ਔਰ ਹਰ ਬੰਦਾ ਉੱਥੇ ਜਾ ਕੇ ਸੈਟਲ ਹੋਣਾ ਚਾਹੁੰਦਾ ਔਰ ਮੈਂ ਬੇਨਤੀ ਤੁਹਾਡੇ ਜਰੀਏ ਵੀ ਕਰਦਾ ਵੀ ਜਿੱਥੇ ਵੀ ਨੌਕਰੀ ਨਿਕਲਦੀ ਆ ਗਵਰਨਮੈਂਟ ਦੀ ਕਈ ਵਾਰੀ ਅਸੀਂ ਪਿੰਡਾਂ 'ਚ ਬੱਸਾਂ ਭੇਜ ਦਿੰਨੇ ਆ ਵੀ ਅੱਜ ਕੈਂਪ ਲੱਗਾ ਅੱਜ ਫਲਾਣੇ ਦਾ ਜੌਬ ਫੇਅਰ ਲੱਗਾ ਤੇ ਜਾਓ ਤੇ ਬੱਸਾਂ ਘੱਲੀਆਂ ਆਉਂਦੀਆਂ ਤੋ ਇਹ ਥੋੜਾ ਜਿਹਾ ਮੁਸ਼ਕਲਾ ਮੈਂ ਬਾਕੀ ਪਿੰਡ ਪਿੰਡ ਵੀ ਬੇਨਤੀ ਕਰੂੰਗਾ ਵੀ ਜਿੱਥੇ-ਜਿੱਥੇ ਨਿਕਲਦੀ ਆਪਾਂ ਜਰੂਰ ਉਹ ਚੀਜ਼ ਪੂਰੀ ਕਰਾਗੇ ਪਰ ਸਰ ਤੁਸੀਂ ਕਹਿੰਦਾ ਵੀ ਲੋਕਾਂ ਨੂੰ ਨੌਕਰੀਆਂ ਸੀ ਦੇ ਰਿਆਂ ਲੋਕੀ ਵਿਦੇਸ਼ ਨਾ ਜਾਣ ਇੱਥੇ ਵੀ ਬਹੁਤ ਕੁਝ ਹੈ ਪਰ ਇਹਦਾ ਇੱਕ ਕਾਰਨ ਹੋਰ ਆ ਕਈ ਲੋਕਾਂ ਨਾਲ ਜਾਂ ਯੂਥ ਨਾਲ ਗੱਲ ਕਰਦੇ ਨਾ ਉਹ ਕਹਿੰਦਾ ਮੈਂ ਪੜ੍ਹਾਈ ਤੇ 8-10 ਲੱਖ ਰੁਪਏ ਲਗਾਣਾ ਮੈਂ ਕਿਹੜੇ ਮੂੰਹ ਨਾਲ 8000 10000 15000 ਦੀ ਨੌਕਰੀ ਕਰਾਂ ਪਹਿਲੀ ਗੱਲ ਇਹ ਦੂਸਰਾ ਕਹਿੰਦਾ ਲਾਅ ਐਂਡ ਆਰਡਰ ਹਰ ਬੰਦੇ ਲਈ ਇੱਕ ਨਹੀਂ ਹੈਗਾ ਜਿਹਦੇ ਕੋਲ ਪੈਸਾ ਜਿਸ ਦੀ लाठी ਉਸ ਦਾ ਭਾਂਸ ਇਹ ਵਾਲਾ ਹਿਸਾਬ ਚੱਲਦਾ ਵਾ ਲੋਕੀ ਇਹ ਚੀਜ਼ਾਂ ਤੋਂ ਵੀ ਬੜਾ ਬਿਲਕੁਲ ਦੇਖੋ ਜਿਹੜਾ ਨਾ ਹੁਣੇ ਬੜਾ ਸੀਰੀਅਸ ਇਸ਼ੂ ਆ ਜਿਹੜਾ ਤੁਸੀਂ ਚੱਕਿਆ ਜਿਹੜਾ ਸਾਡਾ ਨੌਜਵਾਨਾ ਨਾ ਔਰ ਹਰ ਇੱਕ ਦੀ ਮੈਂ ਸਮਝਦਾ ਵੀ ਇੱਕ ਇੱਕ ਵੀ ਕਦਰ ਹੋਣੀ ਚਾਹੀਦੀ ਆ ਜ਼ਿੰਦਗੀ ਜਿਹੜੀ ਆ ਨਾ ਜ਼ਿੰਦਗੀ ਲਾਈਫ ਉਹਨੂੰ ਇਹ ਨਹੀਂ ਵੀ ਇੱਕ ਇੱਕ ਗਰੀਬ ਉਹਦੀ ਕਟਿਆ ਕ ਅਮੀਰ ਉਹਦੀ ਵਾਧਿਆ ਬਿਲਕੁਲ ਮੁੰਡਿਆਂ ਦਾ ਗੱਲ ਸਹੀ ਆ ਜਿਹੜੀ ਆਪਾਂ ਨੂੰ ਹਰ ਹਾਲਤ ਦੇ ਵਿੱਚ ਜਿਹੜਾ ਉਹ ਜਿਹੜਾ ਕਮਨ ਕਾਨੂੰਨ ਦੀ ਸਥਿਤੀ ਆ ਪਹਿਲਾਂ ਤੇ ਜਦੋਂ ਉਹ ਠੀਕ ਹੋਊਗੀ ਫਿਰ ਸਾਡੇ ਕੋਲ ਵਪਾਰ ਬਾਰ ਹੋਊਗਾ ਫੇਰ ਹੀ ਡਰ ਨਾ ਹੋਊਗਾ ਫੇਰ ਹੀ ਸਾਰਾ ਕੁਝ ਆਊਗਾ ਇਹ ਜਿਹੜੇ ਸਾਡੇ ਨੌਜਵਾਨ ਆ ਉਹਨਾਂ ਨੂੰ ਇਹ ਤਕਰੀਬਨ ਸਾਡੇ ਦੁਆਬੇ ਦੇ ਔਰ ਕਾਫੀ ਇਸ ਬੰਨੇ ਕਰਨ ਦੀ ਕੋਸ਼ਿਸ਼ ਕੀਤੀ ਆ ਬਾਕੀਆਂ ਨੂੰ ਤਾਂ ਕਈ ਅਜਿਹੇ ਪਿੰਡ ਨੇ ਜਿੱਥੇ ਨੌਜਵਾਨੀ ਨਹੀਂ ਹੈਗੀ ਸਿਰਫ ਉਹਨਾਂ ਦੇ ਪੇਰੈਂਟਸ ਰਹਿ ਰਹੇ ਨੇ ਇੱਥੇ ਮੈਂ ਉਹੀ ਤੁਹਾਨੂੰ ਤਾਂ ਹੀ ਦੱਸਿਆ ਨਾ ਵੀ ਸਾਡੇ ਵੀ ਕਈ ਬਹੁਤ ਪਿੰਡ ਆ ਤੇ ਨੌਜਵਾਨ ਜਿਹੜੇ ਹੈਗੇ ਆ ਉਹ ਆਈਲੈਂਡਸ ਕਰ ਰਹੇ ਆ ਬਾਕੀ ਨਹੀਂ ਤੇ ਬਾਹਰ ਗਏ ਕੋਈ ਮਰਦਾ ਕੁਝ ਇਹੀ ਹਾਲਾਤੀ ਪੰਜਾਬ ਚ ਆਈਲੈਂਡ ਸੈਂਟਰਾਂ ਦੇ ਵਿੱਚ ਜਿਆਦਾ ਵਿਦਿਆਰਥੀ ਨੇ ਸਕੂਲਾਂ ਦੇ ਨਾਲ ਉਹ ਇਹ ਦੇਖਿਆ ਗਿਆ ਬਿਲਕੁਲ 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 ਔਰ ਕਈ ਜਗ੍ਹਾ ਤੇ ਇਹ ਦੇਖਿਆ ਗਿਆ ਵੀ ਤੁਹਾਡੀ ਇੰਗਲਿਸ਼ ਤੇ ਹੁੰਦਾ ਨਾਲ ਡੱਚ ਭਾਸ਼ਾ ਜਿਹੜੀ ਹੁੰਦੀ ਸਪੈਨਿਸ਼ ਉਹ ਵੀ ਸਿਖਾਈ ਜਾਂਦੀ ਹੈ ਉਹ ਵੀ ਬੋਰਡ ਲੱਗੇ ਹੁੰਦੇ ਵੀ ਸਪੈਨਿਸ਼ ਸਿੱਖਣ ਵਾਲੀ ਹੋਵੇ ਡੱਚ ਸਿੱਖਣ ਵਾਲਾ ਹੋਵੇ ਤੇ ਉਹ ਪੂਰਾ ਕਰਕੇ ਜਾਣ ਜੀ ਸਰ ਤੁਸੀਂ ਜਗਬਾਣੀ ਟੀਵੀ ਨਾਲ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਸਾ ਨਵਤੇਜ ਸਿੰਘ ਚੀਮਾ ਜੀ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਪਾਰਟੀ ਦੇ ਐਮਐਲਏ ਨੇ ਹਰ ਸਵਾਲ ਦਾ ਉਹਨਾਂ ਨੇ ਜਵਾਬ ਦਿੱਤਾ ਹੈ ਖਾਸ ਕਰ ਉਹਨਾਂ ਨੇ ਆਪਣੇ ਇਲਾਕੇ ਦੀ ਡਿਵੈਲਪਮੈਂਟ ਦੀ ਗੱਲ ਕੀਤੀ ਹੈ ਕਿ ਜੋ ਪਿਛਲੇ ਸਾਲ ਨਹੀਂ ਸੀ ਉਹ ਅੱਜ ਹੈ ਤੇ ਜੋ ਅੱਜ ਨਹੀਂ ਹੈ ਉਹ ਕੱਲ ਨੂੰ ਜ਼ਰੂਰ ਹੋਊਗਾ ਇਸ ਦਾ ਮਤਲਬ ਹੈ ਕਿ ਲਗਾਤਾਰ ਤਰੱਕੀ ਦੇ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਫਿਲਹਾਲ ਨਵੀਆਂ ਤੇ ਤਾਜ਼ੀਆਂ ਖਬਰਾਂ ਲਈ ਤੁਸੀਂ ਦੇਖਦੇ ਰਹੋ ਜਗਬਾਣੀ ਟੀਵੀ